ਚੰਡੀਗੜ੍ਹ ਦੇ ਸੈਕਟਰ 38 ਦੇ ਵੈਸਟ ਵਿੱਚ ਮੌਜੂਦ ਗੁਰਦੁਆਰਾ ਸੰਤ ਸਰ ਸਾਹਿਬ ਦੇ ਸਾਹਮਣੇ ਦੋ ਤੜਿਆਂ ਦੇ ਵਿੱਚ ਗੋਲੀ ਚੱਲਣ ਦਾ ਸੀਸੀਟੀਵੀ ਫੁਟੇਜ ਸਾਹਮਣੇ ਆਇਆ ਹੈ। ਦੱਸ ਦਈਏ ਕਿ ਜਦ ਇੱਥੇ ਗੋਲੀ ਚੱਲੀ ਤਾਂ ਉਸ ਵੇਲੇ ਗੁਰਦੁਆਰਾ ਸਾਹਿਬ ਦੇ ਵਿੱਚ ਸਮਾਗਮ ਹੋ ਰਿਹਾ ਸੀ। ਇਸ ਵਾਰਦਾਤ ਦੀਆਂ ਇਹ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਰਿਕਾਰਡ ਹੋਈਆਂ। ਦੱਸਿਆ ਇਹ ਜਾ ਰਿਹਾ ਕਿ ਕੁਝ ਲੋਕਾਂ ਦਾ ਆਪਸੀ ਪੁਰਾਣੀ ਰੰਜਿਸ਼ ਦੇ ਚੱਲਦਿਆਂ ਟਕਰਾਅ ਹੋ ਗਿਆ ਸੀ। ਗੋਲੀ ਲੱਗਣ ਕਾਰਨ ਇੱਕ ਸਰਪੰਚ ਸਤਨਾਮ ਸਿੰਘ ਬੁਰੀ ਤਰ੍ਹਾਂ ਨਾਲ ਜ਼ਖਮੀ ਹੋਇਆ, ਜੋ ਕਿ PGI ਵਿੱਚ ਜ਼ੇਰੇ ਇਲਾਜ ਹੈ। ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿਵੇਂ ਫਾਇਰਿੰਗ ਕੀਤੀ ਗਈ ਅਤੇ ਉਸ ਤੋਂ ਬਾਅਦ ਤਲਵਾਰ ਦੇ ਨਾਲ ਹਮਲਾ ਕੀਤਾ ਗਿਆ। ਇਹ ਤਸਵੀਰਾਂ CCTV ਕੈਮਰੇ ਦੇ ਵਿੱਚ ਰਿਕਾਰਡ ਹੋਈਆਂ ਨੇ ਅਤੇ ਹੁਣ ਪੁਲਿਸ ਇਸ ਆਧਾਰ ਤੇ ਅੱਗੇ ਦੀ ਕਾਰਵਾਈ ਕਰ ਰਹੀ ਹੈ। देखिए, जो अभी तक पता चला है, हालांकि एक डेढ़ घंटे पहले का इंसिडेंट है, तो एक आदमी है जिनकी पहले की दुश्मनी है अपने गांव में, होशियारपुर में खुर्दा का रहने वाला सतनाम सिंह बिट्टू, उम्र 38 साल है, उसको तीन लोगों ने अटैक किया है, फायरिंग की है। ये 38 वेस्ट जो संतसर गुरुद्वारे के सामने एक ट्रक के पास इंसिडेंट हुआ है, और तीनों लोग आइडेंटिफाई कर रहे हैं, हम उम्मीद है कि आइडेंटिफाई हो जाएंगे और उन तीनों को गिरफ्तार करेंगे। हम इसमें अटेम्प्ट टू मर्डर और आर्म्स एक्ट और जो जो भी सेक्शन लगेंगे उसमें ये केस की कार्रवाई करेंगे।